ਅਸੀਂ ਆਰ ਡੂਇੰਗ ਅੱਜ ਨਿਊ ਇਅਰ ਹੈ ਰਹਿਣ ਦੇ ਨਹੀਂ ਨਹੀਂ ਆਪਾਂ ਨਹੀਂ ਰਹਿਣ ਦੇਣਾ ਅੱਜ 31st ਡੇ ਹੈ 31st day ਕੀ ਕਰਨਾ ਕੀ ਨਹੀਂ ਕਰਨਾ ਪਰ ਆਪਾਂ ਬਸ ਘਰੋਂ ਬਾਹਰ ਨਿਕਲ ਗਏ ਆ ਤੇ ਆਪਣੇ ਉਸਤਾਦ ਜੀ ਹੈਗੇ ਇੱਧਰ ਯਾਰ ਉਹ ਭਰਾਵਾ ਇੱਕ ਬੰਦੇ ਨੇ ਤੈਨੂੰ ਕਮੈਂਟ ਵਿੱਚ ਉਹ ਕੀਤਾ ਉਹ ਜਿਹੜਾ ਬੰਦਾ ਨੀ ਕਹਿੰਦਾ ਸੀਗਾ ਕਹਿੰਦਾ ਸਿੰਘ ਆਹੋ ਕਹਿੰਦਾ ਫਸਟ ਪਰਸਨ ਇਜ਼ ਅਮਨ ਮੈਂ ਕਿਹਾ ਹੈ ਤੈਨੂੰ ਪਤਾ ਕਿੱਦਾਂ ਚਲੋ ਬਸ ਆਪਾਂ ਇੱਧਰ ਹੀ ਘੁੰਮਦੇ ਪਏ ਤੁਹਾਨੂੰ ਅਪਡੇਟ ਦੇਵਾਂਗੇ ਕੀ ਕਰਨਾ ਇੱਥੇ ਘਟਾਉਣਾ ਅੱਜ ਆਪਣੇ ਭਾਈ ਜਾਨ ਬਹੁਤ ਦੁਖੀ ਹੋ ਗਏ ਵਿਚਾਰੇ ਇਨਕਾ ਕੱਲ੍ਹ ਫੋਨ ਕਾ ਅੰਤਿਮ ਸੰਸਕਾਰ ਹੋ ਗਿਆ ਦੋ ਮਿੰਟ ਕੇ ਲਈ ਹਮ ਮੌਨ ਰੱਖੇਂਗੇ ਇਨਕੇ ਫੋਨ ਕੇ ਲੀਏ ਬਿਕੋਜ਼ ਕਭੀ ਕਭੀ ਹੋ ਜਾਤਾ ਹੈ ਮੇਰੇ ਸਾਥ ਵੀ ਹੁਆ ਪਰ ਚਲੋ ਹੋਤਾ ਹੈ ਕੁਛ ਕਹਿਣਾ ਚਾਹਤੇ ਹੈ ਆਪਣੇ ਫੋਨ ਕੇ ਲੇ ਕੇ ਲਾਸਟ ਵਰਡ ਦੁੱਖ ਲਗਾ ਦੁੱਖ ਲਗਾ ਬਹੁਤ ਜ਼ਿਆਦਾ ਦੁੱਖ ਲਗਾ ਸੀ ਸੀ ਡੀ ਪੈਸੇ ਤੂੰ ਦੇਗਾ ਨਾ ਫੀਸ ਆਮ ਸੋ ਸੋਰੀ ਇੱਥੇ ਇੱਕ ਬਹੁਤ ਜ਼ਿਆਦਾ ਵੱਡਾ ਪਿੰਪਲ ਹੋ ਗਿਆ ਤੁਹਾਨੂੰ ਬੇਅਰ ਕਰਨਾ ਪੈਣਾ ਇਸ ਵਲੌਗ ਵਿੱਚ ਮੈਂ ਜਾ ਨਹੀਂ ਕਹੂੰਗਾ ਆਪਾਂ ਫਨ ਜ਼ੋਨ ਚੱਲੇ ਹਾਂ ਦੇਖਦੇ ਹਾਂ ਹਾਕੀ ਵਾਲੇ ਮੈਚ ਲਗਾਵਾਂਗੇ ਜ਼ਿਆਦਾਤਰ ਮੈਂ ਵਲੌਗ ਇੱਦਾਂ ਹੀ ਕਰੂੰਗਾ ਕਿਉਂਕਿ ਪਿੰਪਲ ਜੋ ਬਹੁਤ ਜ਼ਿਆਦਾ ਵੱਡਾ ਵਾ ਚਲੋ ਫਿਰ ਸੈੱਟ ਹੈ ਕੰਮ ਆਪਾਂ ਆਈਸ ਹੋਕੀ ਖੇਡਣੀ ਆ ਉਹ ਵਾਲੀ ਅਤੇ ਚਲੋ ਫਸਟ ਮੈਚ ਲੱਗਾ ਵਾ ਅਤੇ ਆਹ ਤੁਹਾਨੂੰ ਲਾਓਗੇ ਫਸਟ ਮੈਚ ਠੀਕ ਹੈ ਪਲੇਅਰ 1 ਪਲੇਅਰ 2 ਅਤੇ ਮੈਂ ਕਰੂੰਗਾ ਵਲੌਗ ਸਿੰਗਲ ਪਲੇਅਰ ਸਿੰਗਲ ਹੀ ਡਬਲ ਪਲੇਅਰ ਦੀ ਗੇਮ ਹੁੰਦੀ ਹਾਂ ਪਤਾ ਮੈਨੂੰ ਦੋ ਜਣੇ ਖੇਡ ਸਕਦੇ ਆ ਮੈਂ ਤਾਂ ਮੁਕੁਲ ਨੇ ਗੇਮ ਲਾਉਣੀ ਆ ਬਾਅਦ ਚੋਂ ਨਿਤਿਨ ਮੇਰੀ ਟੈਨ ਲੈ ਲੂਗਾ ਗੇਮ ਕਾਕੇ ਪਹਿਲਾ ਪੁਆਇੰਟ ਐਸਕਲੇਟਰ ਤੋਂ ਪਿੱਛੇ ਆ ਰਹੇ ਆ ਉਹਦੇ ਚਲੋ ਕਾਕਾ ਧੋਦੂ ਆ ਭੋਜੀ ਆ ਰਿਹਾ ਧੋਦੂ ਆ ਬੋਦੂ ਆ ਉਸਤਾਦ ਰਹਿ ਓ ਕਿਆ ਹੁਆ ਬੇਬੀ ਕਿਆ ਹੁਆ ਲੱਗ ਗਈ ਓ ਬਹੁਤ ਜ਼ੋਰ ਸੇ ਲੱਗੀ ਹੋਗੀ ਚਲੋ ਚਲੋ ਫਸਟ ਜਗ੍ਹਾ ਡਨ ਹੋ ਗਈ ਗੇਮ ਗੁਮਾ ਖੇਡੀ ਆਪਾਂ ਬਸ ਆਪਾਂ ਮਜ਼ਾ ਆਇਆ ਚਲੋ ਕੋਈ ਨਾ ਆਪਾਂ ਚਲਦੇ ਸੈਕਿੰਡ ਜਗ੍ਹਾ ਤੇ ਆਪਾਂ ਇੱਦਾਂ ਹੀ ਘੁੰਮਣਾ ਯਾਰ ਸਾਨੂੰ ਸਾਡੇ ਕੋਲ ਕੋਈ ਪਲਾਨ ਨਹੀਂ ਹੈਗਾ ਇਹ ਬੇਚਾਰੇ ਚੈਲੰਜ ਕਰਦੇ ਪਏ ਸੀਗੇ ਅਮਨ ਤੇ ਆ ਤੇ ਚਲ ਕੋਈ ਨਾ ਚੈਲੰਜ ਵਧੀਆ ਹੁੰਦਾ ਪਰ ਇਹ ਨਾਲੇ ਸੱਟ ਲੱਗ ਗਈ ਇਹਨਾਂ ਦੇ ਜਿਹੜੇ ਵੀ ਬੰਦੇ ਦੇਖ ਰਹੇ ਆ ਨਾ ਉਹਨਾਂ ਨੂੰ ਮੈਂ ਪਹਿਲੀ ਕਹਿ ਦਾ ਨਾ ਕਿ ਮੈਂ ਇੱਦਾਂ ਹੱਥ ਰੱਖੂ ਕਿਉਂਕਿ ਪਿੰਪਲ ਬਹੁਤ ਵੱਡਾ ਹੋਇਆ ਮੇਰਾ ਉਹ I20 ਨੂੰ ਚੈੱਕ ਕਰੋ ਉਹ ਕਿੱਦਾਂ ਕਲਰ ਹੋਇਆ ਉਹ ਬੰਬ ਲੱਗ ਰਹੀ ਹੈ ਯਾਰ ਔਰੇਂਜ ਵਿੱਚ ਤੇ ਬਲੈਕ ਐਂਡ ਲੱਗਦੀ ਵੀ ਆ ਆ ਦੇਖੋ ਜੀ ਆਇਆ ਮਾਡਲ ਟਾਊਨ ਆ ਸੈਲਫੀਆਂ ਲੈ ਰਹੇ ਆ ਆ ਬਲੂਨ ਲੱਗੇ ਆ ਆ ਹੈਗਾ ਜਲੰਧਰ ਦਾ ਮਾਡਲ ਟਾਊਨ ਕਿੰਨੇ ਵਜੇ ਆ 8:09 ਆ ਹੈਗਾ ਮਾਡਲ ਟਾਊਨ ਹਾਂ ਬੈਡ ਬਾਸਕਟ ਇੱਧਰ ਨਹੀਂ ਆ ਅੱਗੇ ਆ ਉਧਰ ਆ ਯੂ ਟਰਨ ਲੈਣਾ ਯਾਰ ਅੱਜ ਇੰਨੀ ਪੁਲਸ ਕਿਉਂ ਆ ਕਰੋ ਮੈਂ ਸਨੈਪਚੈਟ ਨਹੀਂ ਪਾ ਰਹਾ ਮੈਂ ਵਲੌਗ ਪਾ ਰਹਾ ਤੋ ਇਹ ਕੀ ਬਾਤ ਹੈ ਹੈ ਹੈ
ਸਨੈਪਚੈਟ 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 ਮਿਲ ਗਿਆ ਆਪਣੇ ਸਾਨੂੰ ਇਹ ਤਾਂ ਮਿਲ ਗਿਆ ਆ ਦੇਖੋ ਵੱਡੇ ਆਏ ਬਲੌਗਰ ਸਭ ਤੋਂ ਬੈਸਟ ਕਾਰ ਹਲੋ ਉਹ ਖੁੱਲ ਗਈ ਯੂਬੀ ਆਪਾਂ ਕਿੱਥੇ ਜਾਣਾ ਜਿੱਥੇ ਜਾਊਗੀ ਜਾਊ ਉਹ ਤੇਰੇ ਉਹ ਮੈਂ ਜਾ ਰਹਾ ਹਾਂ ਸਾਰੇ ਫਲੋਰ ਮੇ ਚਲ ਜਾਏਗੀ ਅਬੇ ਕੀ ਕਰ ਰਹੇ ਤੂੰ ਕਿਤੇ ਉੱਤੇ ਆਉਗੀ ਨਾ ਜੰਪ ਮਾਰਨੀ ਸਾਰਿਆਂ ਨੇ ਅੱਛਾ ਜੀ ਆਪਾਂ 12 ਵਜੇ ਤੱਕ ਟਾਈਮ ਕਿਲ ਕਰਨਾ 12 ਵਜੇ ਆਪਾਂ ਜਾਵਾਂਗੇ ਹਵੇਲੀ ਉੱਥੇ ਬਹੁਤ ਖਪ ਪੈਣੀ ਆ ਤੇ 12 ਵਜੇ ਤੱਕ ਆਪਾਂ ਇੱਦਾਂ ਹੀ ਟਾਈਮ ਕਿਲ ਕਰਾਂਗੇ ਉਸ ਇਸ ਟਾਈਮ ਆਪਾਂ ਹੈਗੇ ਆ ਐਮਬੀਡੀ ਵਿੱਚ ਆ ਬੰਦੇ ਇੱਥੇ ਪਾਗਲ ਹੋ ਗਏ ਸਾਰੇ ਚੀਕਾਂ ਮਾਰੀ ਜਾਂਦੇ ਪਤਾ ਕਿੱਥੇ ਚੀਕਾਂ ਮਾਰ ਰਹੇ ਆ ਚੀਕਾਂ ਮਾਰੀ ਜਾਂਦੇ ਪਾਗਲ ਦੁਨੀਆ ਗੋਲ ਹੈ ਅਬਦੁੱਲਾ ਅਬਦੁੱਲਾ ਦਰਵਾਜ਼ਾ ਖੋਲ ਅਬਦੁੱਲਾ ਦਰਵਾਜ਼ਾ ਖੋਲ ਦਿਆ ਬੰਦ ਕਰ ਬੰਦ ਕਰ ਤੈਨੂੰ ਕੀ ਹੋ ਗਿਆ ਅਬਦੁੱਲਾ ਦਰਵਾਜ਼ਾ ਬੰਦ ਕਰ ਬੰਦ ਹੋ ਜਾ ਸਿਮ ਸਿਮ ਬਾਏ ਸਾਰੇ ਜਣੇ ਹਵੇਲੀ ਚੱਲੇ ਆਪਾਂ ਵੀ ਹਵੇਲੀ ਜਾਣਾ ਮੈਨੂੰ ਸਨੈਪਚੈਟ ਤੇ ਫੋਲੋ ਕਰੋ ਇਹ ਮੈਂ ਉੱਥੇ ਕੌਣ ਪਾ ਦੂੰਗਾ ਸਨੈਪਚੈਟ ਵੀ ਸਭ ਕੁਝ ਪਿਆ ਵਾ ਜਿੱਦਾਂ ਮੈਂ ਆਪਾਂ ਜਾਂਦੇ ਪਏ ਆ ਪਹਿਲੇ ਵਲੌਗ ਵਿੱਚ ਮੈਂ ਪਾ ਦਿੰਦਾ ਹੁੰਦਾ ਸਨੈਪਚੈਟ ਤੇ ਜੋ ਵੀ ਹੈਗਾ ਵਾਹ ਯਾਰ ਇਹ ਤਾਂ ਕ੍ਰਿਸਮਸ ਵਾਲੀ ਡੈਕੋਰੇਸ਼ਨ ਹੈ ਵਾਹ ਨਿਊ ਈਅਰ ਚ ਵੀ ਆਈ ਹੈ ਸੋ ਗਾਇਜ਼ ਇਹ ਆਪਣਾ ਸੈਕਿੰਡ ਮਾਲ ਆਪਾਂ ਸੈਕਿੰਡ ਮਾਲ 'ਚ ਆ ਗਏ ਫਸਟ ਮਾਲ ਆਪਾਂ ਸੀਗਾ ਉਸ ਤੋਂ ਬਾਅਦ ਆਪਾਂ ਹਵੇਲੀ ਵੱਲ ਜਾਣਾ ਸੀ ਆਪਾਂ ਹਵੇਲੀ ਵੱਲ ਬਹੁਤ ਹੀ ਜ਼ਿਆਦਾ ਮਤਲਬ ਭੀੜ ਸੀਗੀ ਅਤੇ ਹੁਣ ਆਪਾਂ ਇਸ ਮਾਲ 'ਚ ਆਏ ਹਾਂ ਅਤੇ ਟਾਈਮ ਪਾਸ ਕਰ ਰਹੇ ਹਾਂ 12 ਵਜੇ ਤੱਕ ਆਪਾਂ ਟਾਈਮ ਪਾਸ ਕਰਨਾ ਉਸ ਤੋਂ ਬਾਅਦ ਆਪਾਂ ਕਰਾਂਗੇ ਜੋ ਵੀ ਕਰਨਾ ਉਹ ਦੇਖੋ ਟਰਾਲੇ ਦੇ ਉੱਤੇ ਨੱਚਦੇ ਪਏ ਆ ਇਹ ਹੁਣ ਦੇਖੋ ਤੁਹਾਨੂੰ ਉਹ ਦੇਖੋ ਟਰਾਲੇ ਦੇ ਉੱਤੇ ਨੱਚਦੇ ਵਾਹ ਨਾ ਇਹ ਕੰਮ ਖਰਾਬ ਹੀ ਆ ਟ੍ਰੈਫਿਕ ਹੋ ਗਈ ਆਪਾਂ ਹਵੇਲੀ ਪਹੁੰਚਣਾ ਵਾ ਟਾਈਮ ਕਿੰਨਾ 11:30 ਹੋ ਗਏ ਯਾਰ ਇਹਨਾਂ ਨੇ ਟਰੱਕ ਟਰਾਲਾ ਵਿੱਚ ਰੋਕਿਆ ਹੋਇਆ ਪੁਲਿਸ ਆ ਗਈ ਉਹ ਸਾਰਿਆਂ ਨੇ ਜਾਮ ਕੀਤਾ ਹੋਇਆ ਹੁਣ ਸਾਰੇ ਦੌੜੂਗੇ ਉਹ ਗੱਡੀਆਂ ਛੋੜ ਕੇ ਚੜ ਗਏ ਉਹ ਦੋ ਬੰਦੇ ਗੱਡੀ ਛੋੜ ਕੇ ਜਾ ਰਹੇ ਆ ਯਾਰ ਜਾਮ ਹੀ ਜਾਮ ਲੱਗਿਆ ਹਵੇਲੀ ਦਾ ਇਹਦਾ ਪਲਾਨ ਪਾਗਲ ਹੋ ਗਿਆ ਉਹ ਦੌੜੇ 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 ਨੱਚ ਨੱਚ ਤੂੰ ਕਹਿੰਦਾ ਨੱਚਣਾ ਬਾਰਾਂ ਵਜੇ ਤੋਂ 10 ਮਿੰਟ ਪਹਿਲਾਂ ਆਪਾਂ ਹਵੇਲੀ ਪਹੁੰਚੇ ਗਏ ਇੰਨਾ ਟ੍ਰੈਫਿਕ ਸੀਗਾ ਉਸਤਾਦ ਆਪਾਂ 1.5 ਘੰਟੇ ਟ੍ਰੈਫਿਕ ਦੇ ਅੰਦਰ ਹੀ ਸੀਗੇ ਜਿਹੜੇ ਬੰਦੇ ਨੱਚਦੇ ਪਏ ਆ ਨਾ ਉੱਤੇ ਗੱਡੀਆਂ ਲੈ ਕੇ ਇਹਨਾਂ ਦਾ ਪੰਗਾ ਵਾ ਤੇ ਚਲੋ ਤਿੰਨ ਪੈਕ ਨੇ ਖਰਾਬ ਕੀਤਾ ਕੰਮ ਤੇ ਆਪਾਂ ਹੁਣ ਸਾਨੂੰ ਤਿੰਨ ਪੈਕ ਜਿਹੜੇ ਗਾਣਾ ਲਾਣਾ ਇਹਨਾਂ ਨੇ ਖਰਾਬ ਗਾਣਾ ਬਣਨਾ ਨਹੀਂ ਚਾਹੀਦਾ ਸਾਰੇ ਮੁੰਡੇ ਨਾ ਗੱਡੀਆਂ 'ਚ ਆਈ ਲਾ ਕੇ ਘੁੰਮ ਰਹੇ ਉਹ ਦੇਖੋ ਕਿੰਨੀ ਜਨਤਾ ਹਾਈਵੇ ਨੂੰ ਰੋਕਿਆ ਹੋਇਆ ਸਾਰਿਆਂ ਨੇ ਪੁਲਿਸ ਵੀ ਕਰ ਰਹੀ ਹੈ ਕਰ ਸਕਦੀ ਜੋ ਤੇ ਹੁਣ 10 ਮਿੰਟ ਰਹਿ ਗਏ 12 ਵਜੇ ਨੂੰ ਸਾਰੇ ਕਾਊਂਟ ਡਾਊਨ ਕਰੋਗੇ ਹੁਣ ਦੇਖਦੇ ਹਾਂ ਕੀ ਬਣਦਾ ਤੇ ਫਾਈਨਲੀ ਆਪਾਂ ਹਵੇਲੀ ਤਾਂ ਪਹੁੰਚ ਗਏ ਹਾਂ ਪਰ ਅੰਤ ਤੱਕ ਦੇਖਦੇ ਹਾਂ ਚਾਏ ਚੂ ਜਿਹੜੀ ਇੱਥੇ ਦੀ ਮਸ਼ਹੂਰ ਆ ਉਹ ਮਿਲ ਸਕਦੀ ਹੈ ਇਸ ਟਾਈਮ ਕਿ ਨਹੀਂ ਹਵੇਲੀ ਦੀ ਚਾਹ ਇਸ ਟਾਈਮ ਕਿੰਨੇ ਮਿੰਟ ਰਹਿ ਗਏ ਫੋਨ ਲਗਾ ਫੋਨ ਲਗਾ ਟਾਈਮ ਕਿੰਨੇ ਰਹਿ ਗਿਆ 2 ਮਿੰਟ ਰਹਿ ਗਏ 2017 ਨੂੰ ਤੇ ਆਪਾਂ ਚਾਹ ਛੱਕ ਰਹੇ ਹਾਂ ਚਾਹ ਪੀ ਰਹੇ
ਘਰਾਂ ਨੂੰ ਜਾ ਰਹੇ ਆ। ਚਲੋ ਫਿਰ ਕਿੰਨੇ ਵਜੇ ਆ, 12:15 ਹੋ ਗਏ ਆ, 15 ਮਿੰਟ ਆਪਾਂ ਇੱਦਾਂ ਹੀ ਹਵੇਲੀ ਵਿੱਚ ਸੀਗੇ। ਬਹੁਤ ਹੀ ਘੈਂਟ ਰਿਹਾ ਐਕਸਪੀਰੀਅੰਸ, ਵਾਹ ਅਮਨ ਦੀ ਗੱਡੀ ਦੀ ਤਾਰੀਫ ਹੋ ਰਹੀ ਹੈ, ਵਾਹ ਮੈਂ ਟੀਵੀ ਦੇ ਲਾਂਗ ਲਿਖਿਆ ਅੱਜ ਯਾਰ, ਮਤਲਬ ਪਾਗਲ ਹੋ ਗਏ ਬੰਦੇ, ਕੋਈ ਛੱਤਾਂ 'ਚ ਚੜ੍ਹੇ ਆ, ਕੋਈ ਕੁਛ ਭੱਜਦੇ ਦੇ ਕੰਮ ਪਾਰਕਿੰਗ ਲੋਟ 'ਚ ਹੀ ਕਰ ਰਹੇ ਆ। ਅਮਨ ਚੱਲ ਚੱਲਦੇ ਹਾਂ, ਇੱਦਾਂ ਹੀ ਚੱਲਦੇ ਹਾਂ, ਚੱਲਦੇ ਹਾਂ, ਚੱਲਦੇ ਪਏ, ਚੱਲਦੇ ਇੱਦਾਂ ਹੀ। ਸਵਾਗਤ ਹੋ ਗਿਆ, ਵਾਓ ਵਾਓ ਵਾਓ, ਓ ਹੋ ਵਾਓ, ਇਹ ਲਾ ਰਹੇ ਕੀ ਕਰ ਰਹੇ ਆ, ਲਗਾ ਰਹੇ ਲਾ ਰਹੇ ਆ। ਟਾਈਮ ਕਿੰਨਾ ਆਇਆ, 12:49 ਬਾਅਦ, ਇਹ 10 ਮਿੰਟ ਅੱਗੇ ਆ, ਉਦਾਂ 10 ਮਿੰਟ ਅੱਗੇ ਆ। ਚਲੋ ਫਿਰ ਆਪਾਂ ਹਵੇਲੀ ਤੋਂ ਬਾਹਰ ਨਿਕਲੇ ਆ, 12:50 ਹੋਏ ਆ, ਆਪਣੇ ਬੰਦੇ ਸਾਰੇ ਐਗਜ਼ੌਸਟਿਡ ਹੋ ਪਏ ਆ, ਅਮਨ ਵੀ ਗੱਡੀ ਲਾ ਪਾਗਲ ਹੋ ਗਿਆ। ਆਪਾਂ ਆਏ ਸੀਗੇ 5 ਡੰਡਿਆਂ ਦੇ ਪੈਟਰੋਲ ਦੀ, 1-2 ਡੰਡੇ ਰਹਿ ਗਏ, 6 ਡੰਡਿਆਂ ਦੇ ਸੀਗੇ ਅਤੇ 2 ਡੰਡੇ ਰਹਿ ਗਏ ਪੈਟਰੋਲ ਦੇ। ਅਤੇ ਹੁਣ ਬਸ ਹੁਣ ਅਮਨ ਦੇ ਘਰ ਚੱਲੇ ਹਾਂ, ਆਪਣੀ ਐਕਟਿਵਾ ਵਗੈਰਾ ਨਿਕਾਲਣੀ ਆ। ਸਟਰੇਂਜ ਗੱਲ ਆਇਆ, ਅਮਨ ਦਾ ਘਰ ਗੜੇ ਆ, ਆਪ ਸਾਡਾ ਘਰ ਕੈਂਟ ਵਿੱਚ ਆ, ਪਰ ਆਪਾਂ ਕੈਂਟ ਦੇ ਵਿੱਚੋਂ ਗੜੇ ਜਾ ਰਹੇ ਹਾਂ। ਆਪਾਂ ਸਾਨੂੰ ਘਰੇ ਰਾਹ ਦੇ, ਸਵੇਰੇ ਐਕਟਿਵਾ 'ਤੇ ਬਾਈਕ ਲੈ ਇਕੱਠੇ, ਠੀਕ ਹੈ? ਨਹੀਂ ਪਰ ਆਪਾਂ ਜਾਣਾ ਵਾ ਯਾਰ, ਉਹ ਤੋਂ ਬਾਅਦ ਆਪਾਂ ਇਕੱਠੇ ਜਾਣਾ ਵਾ, ਆਰਾਮ ਆਰਾਮ ਲਾਵਾਂਗੇ। ਅਤੇ ਚਲੋ ਗਾਇਸ, ਬਸ ਹੱਸਦੇ ਰਹੋ, ਖੇਡਦੇ ਰਹੋ, ਇੱਦਾਂ ਹੀ ਇੰਜੋਏ ਕਰੋ ਆਪਣੀ ਜ਼ਿੰਦਗੀ, ਇੱਕ ਹੀ ਲਾਸਟ ਹੀ ਜ਼ਿੰਦਗੀ ਮਿਲਦੀ ਹੈ ਸਾਰਿਆਂ ਨੂੰ, ਬਸ ਇੱਦਾਂ ਘੁੰਮੋ ਫਿਰੋ। ਅਤੇ ਆ ਗਾਇਸ, ਲਿਵ ਲੌਂਗ, ਸਟੇ ਸਟਰੋਂਗ, ਆਈ ਲਵ ਯੂ ਗਾਇਸ ਆਲ, ਐਂਡ ਪੀਸ ਆਊਟ। ਜੇ ਵਲੌਗ ਮੈਂ ਐਂਡ ਨਹੀਂ ਕੀਤਾ ਤਾਂ ਮੈਂ ਐਂਡ ਵਿੱਚ ਪਾਊਂਗਾ, ਬਾਏ। ਆਪਾਂ ਘਰ ਦੇ ਅੰਦਰ ਵੜ ਰਹੇ, ਘਰ ਦੇ ਸੁੱਤੇ ਉੱਠਾਂਗੇ।